ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਦੇ ਨਵੇਂ ਭਵਨ ਨਿਰਮਾਣ ਦੀ ਸ਼ੁਰੂਆਤ ਸੰਤ ਮਹਾਂਪੁਰਸ਼ਾਂ ਵੱਲੋਂ ਨੀਂਹ ਪੱਥਰ ਰੱਖ ਕੇ ਕਰਵਾਈ ਗਈ। ਸੰਤਾਂ ਮਹਾਂਪੁਰਸ਼ਾਂ ਵੱਲੋਂ ਅਰਦਾਸ ਕਰਨ ਉਪਰੰਤ ਕਾਰਜ ਦੀ ਆਰੰਭਤਾ ਕਰਵਾਈ ਗਈ। ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਦਇਆ ਸਿੰਘ ਟਾਹਲੀ ਸਾਹਿਬ, ਸੰਤ ਗੁਰਚਰਨ ਸਿੰਘ ਦਮਦਮਾ ਸਾਹਿਬ, ਸੰਤ ਪਾਲ ਸਿੰਘ ਲੋਹੀਆ ਅਤੇ ਸੰਤ ਗੁਰਮੇਰ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਸ਼ੁਰੂਆਤ ਕਰਵਾਈ। ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸਮੂਹ ਪ੍ਰੈਸ ਕਲੱਬ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰੈਸ ਕਲੱਬ ਦਾ ਨਿਰਮਾਣ ਸਮੇਂ ਦੀ ਮੁੱਖ ਲੋੜ ਸੀ, ਕਿਉਂਕਿ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਆ ਰਹੇ ਹਨ, ਜਿਸ ਵਿੱਚ ਦੁਨੀਆ ਭਰ ਤੋਂ ਸੰਗਤਾਂ ਅਤੇ ਮੀਡੀਆ ਕਰਮੀਆਂ ਨੇ ਸੁਲਤਾਨਪੁਰ ਲੋਧੀ ਸ਼ਿਰਕਤ ਕਰਨੀ ਹੈ, ਜਿਨ੍ਹਾਂ ਲਈ ਮੀਡੀਆ ਸੈਂਟਰ ਹੋਣਾ ਜ਼ਰੂਰੀ ਹੈ। ਉਨ੍ਹਾਂ ਪ੍ਰੈਸ ਨੂੰ ਸਮਾਜ ਦਾ ਚੌਥਾ ਥੰਮ ਦੱਸਦਿਆਂ ਕਿਹਾ ਕਿ ਉਹ ਪ੍ਰੈਸ ਕਲੱਬ ਦੇ ਨਿਰਮਾਣ ਲਈ ਪ੍ਰੈਸ ਦੇ ਨਾਲ ਹਨ ਅਤੇ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਕਰਨਗੇ। ਅੱਜ ਜੋ ਸੰਤ ਸਮਾਜ ਵੱਲੋਂ ਇਕਤਾ ਗੁਰਨਾ ਸਾਢੇ 500 ਸਾਲਾ ਸਮਾਗਮ ਬਾਰੇ ਵਿਚਾਰ ਵਟਾਂਦਰਾ ਹੋਇਆ, ਉਹਦੇ ਨਾਲ ਸਭ ਤੋਂ ਵੱਡੀ ਜਿਹੜੀ ਖੁਸ਼ੀ ਦੀ ਗੱਲ ਆ ਕਿ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਅੱਜ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਆ ਮੀਡੀਆ, ਉਹਦੇ ਵਾਸਤੇ ਅੱਜ ਜਿਹੜਾ ਹੈਗਾ ਇਹਨਾਂ ਦਾ ਸ਼ੁਰੂਆਤ ਹੋਈ ਹੈ। ਨੀਂਹ ਪੱਥਰ ਰੱਖਿਆ ਮੀਡੀਆ ਸੈਂਟਰ ਦਾ, ਸੋ 550 ਸਾਲਾਂ ਦੇ ਉੱਤੇ ਜੋ ਸਾਰੇ ਮਹਾਂਪੁਰਸ਼ਾਂ ਨੇ ਨੀਂਹ ਪੱਥਰ ਰੱਖਿਆ ਅਤੇ ਸਾਰਿਆਂ ਨੇ ਸਹਿਯੋਗ ਦੀ ਜਿਹੜੀ ਹੈ ਉਹ ਦਵਾਇਆ ਕਿ ਸਾਰਾ ਅਸੀਂ ਰਲ ਮਿਲ ਕੇ ਸਾਰੇ ਸੰਗਤ ਜਿਸ ਤਰ੍ਹਾਂ ਹੋਰ ਸਾਰੇ ਕਾਰਜ ਕਰਦੇ ਹਾਂ ਕਿ ਜੇਕਰ ਜਿਹੜਾ ਮੀਡੀਆ ਹੈ ਉਹਦੇ ਵਾਸਤੇ ਬਹਿਣ ਵਾਸਤੇ ਰਹਿਣ ਵਾਸਤੇ ਜਗ੍ਹਾ ਹੋ, ਬਾਹਰੋਂ ਦੁਨੀਆ ਭਰ ਤੋਂ ਜਿਹੜਾ ਹੈ ਪੱਤਰਕਾਰਾਂ ਨੇ ਆਉਣਾ, ਦੁਨੀਆ ਭਰ ਤੋਂ ਜਿਹੜੇ ਹੈ ਸੁਲਤਾਨਪੁਰ ਲੋਧੀ ਇਤਿਹਾਸਕ ਸ਼ਹਿਰ ਹੈ ਇਹ ਹੋਣਾ ਬਹੁਤ ਜ਼ਰੂਰੀ ਸੀ। ਕਾਫੀ ਲੰਮੇ ਸਮੇਂ ਤੋਂ ਇਹ ਨਹੀਂ ਹੋ ਰਿਹਾ ਸੀ, ਅੱਜ ਗੁਰੂ ਨੇ ਕਿਰਪਾ ਕੀਤੀ ਹੈ ਨੀਂਹ ਪੱਥਰ ਰੱਖ ਹੋਇਆ ਅਤੇ ਆਉਣ ਵਾਲੇ ਸਮਾਂ ਦੇ ਵਿੱਚ ਜਿਹੜੀ ਹੈਗੀ ਹੈ ਇਹ ਬਹੁਤ ਵੱਡੀ ਜਿਹੜੀ ਹੈਗੀ ਆ ਪ੍ਰੈਸ ਕਲੱਬ ਵਾਸਤੇ ਜਿਹੜੀ ਹੈਗੀ ਆ ਇੱਕ ਖੁਸ਼ੀ ਦੀ ਗੱਲ ਆ। ਅਸੀਂ ਇਹਦੀ ਸਾਰੇ ਪ੍ਰੈਸ ਕਲੱਬ ਨੂੰ, ਪ੍ਰਧਾਨ ਸਾਹਿਬ ਨੂੰ ਅਤੇ ਸਾਰੇ ਮੀਡੀਆ ਦੇ ਜਿੰਨੇ ਵੀ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਜਿੰਨੇ ਵੀ ਸਾਰੇ ਇਹਦੇ ਮੈਂਬਰ ਆ ਸਾਰਿਆਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ। ਸਾਰੇ ਮਹਾਂਪੁਰਸ਼ਾਂ ਵੱਲੋਂ ਸਹਿਯੋਗ ਦੀ ਜਿਹੜੀ ਹੈ ਕਰਕੇ ਇਹ ਜਿਹੜਾ ਹੈ ਨੀਂਹ ਪੱਥਰ ਰੱਖਿਆ ਗਿਆ ਅਤੇ ਸਾਰੇ ਜਿਹੜੇ ਹੈਗੇ ਆ ਬੇਨਤੀ ਕਰਾਂਗੇ ਕਿ ਸਾਰੇ ਰਲ ਮਿਲ ਕੇ ਜਿਹੜਾ ਹੈ ਆਪਾਂ ਇਹਨੂੰ ਸਿਗਨੇਚਰ ਕਰੀਏ। ਮਲਕੀਤ ਕੌਰ, ਦਿਵਿਆ ਪੰਜਾਬ ਟੀਵੀ, ਸੁਲਤਾਨਪੁਰ ਲੋਧੀ।